ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਮ੍ਰਿਤਕ ਦੇਹਾਂ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ। ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਮੁਕਤਸਰ ਦੇ ਨੇੜੇ ਪੈਂਦੇ ਮਲੌੜ ਦੇ ਪਿੰਡ ਭੁੰਦੜ ਤੋਂ, ਜਿੱਥੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਖੇਤਾਂ ਵਿੱਚ ਕੰਮ ਕਰਨ ਆਏ ਕਿਸਾਨਾਂ ਨੇ ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਮ੍ਰਿਤਕ ਦੇਹਾਂ ਦੇਖੀਆਂ, ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚੀ, ਜਿਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਸੁਬਹਾ ਜੀ ਆਪਦੇ ਖੇਤ ਗਿਆ ਸੀ ਜੀ, ਅਤੇ ਮੈਨੂੰ ਸੂਬੇਦਾਰ ਚੰਦ ਸਿੰਘ ਸਾਡੇ ਪਿੰਡ, ਉਹਨਾਂ ਦਾ ਫੋਨ ਗਿਆ ਵੀ ਸਾਡੇ ਖੇਤ ਨਾ ਕੋਈ ਡੈੱਡ ਬੋਡੀਆਂ ਪਈਆਂ ਨੇ ਜੀ, ਲੜਕਾ ਅਤੇ ਇੱਕ ਲੜਕੀ ਆ। ਉਹਨਾਂ ਦਾ ਭਤੀਜਾ ਸੁਬਹਾ ਪੱਠੇ ਲੈਣ ਆਇਆ ਸੀ ਅਤੇ ਉਹਨਾਂ ਨੇ ਵੇਖੀਆਂ। ਮੈਂ ਉੱਥੋਂ ਆ ਕੇ ਵੇਖਿਆ, ਅਸੀਂ ਦੂਰੋਂ ਹੀ ਖੜ੍ਹ ਕੇ ਵੇਖਿਆ, ਦੋਵੇਂ ਬੈਡ ਬੋਡੀਆਂ ਪਈਆਂ ਸੀ। ਮੈਂ ਕੋਟ ਭਾਈ SHO ਸਾਹਿਬ ਨੂੰ ਫੋਨ ਕੀਤਾ, ਉਹ ਕਹਿੰਦੇ ਅਸੀਂ ਆਉਂਦੇ ਹਾਂ। ਉਹ ਮੌਕੇ 'ਤੇ ਆ ਗਏ, ਉਹਨਾਂ ਨੇ ਵੇਖਿਆ ਉਹ ਕੋਈ ਮੋਗਾ ਜ਼ਿਲ੍ਹੇ ਦੇ ਲੰਗਿਆਣੇ ਦਾ ਮੁੰਡਾ ਦਾ ਪਤਾ ਲੱਗਿਆ ਸਾਨੂੰ, ਅਤੇ ਗੁੜੀ ਬਾਰੇ ਅਜੇ ਪਤਾ ਨਹੀਂ ਲੱਗਿਆ। ਬਾਕੀ ਹੁਣ ਜੋ ਤਬਦੀਸ਼ ਕਰ ਰਹੀ ਹੈ ਪੁਲਿਸ। ਕੀ ਲੱਗਦਾ ਕਿ ਕੋਈ ਪ੍ਰੇਮ ਸੰਬੰਧ? ਨਹੀਂ, ਇਹ ਦਵਾਈ ਪੀ ਕੇ ਮਰਿਆ ਜੀ, ਕੋਲ ਸ਼ੀਸ਼ੀ ਪਈ ਆ ਸਪਰੇ ਦੀ ਗਾਂ, ਪਤਾ ਨਹੀਂ ਪ੍ਰੇਮ ਸੰਬੰਧ ਹੀ ਹੋਣਗੇ ਲੱਗਦੇ, ਤਾਂ ਇਹੋ ਜਿਹਾ ਕੁਛ ਜੀ ਘਰੋਂ ਭੱਜੇ ਆ, ਕੋਈ ਛੋਟੀ ਜਾਤੀ ਦੇ ਲੱਗਦੇ ਆ ਮੈਨੂੰ, ਅਤੇ ਸਾਨੂੰ ਤਾਂ ਅਗਾਂਹ ਬਾਕੀ ਕਰ ਲੈਣਗੇ ਤਬਦੀਸ਼ ਪੁਲਿਸ ਵਾਲੇ। ਸੁਬਹਾ ਸਰਪੰਚ ਵਿਲੇਜ ਭੁੰਦੜ ਤੋਂ ਫੋਨ ਮਸੂਲ ਹੋਇਆ ਥਾਣੇ ਕਿ ਇੱਕ ਜਵਾਰ ਦੇ ਵਿੱਚ ਇੱਕ ਲੜਕਾ ਇੱਕ ਲੜਕੀ ਉਹਨੇ ਡੈੱਡ ਬੋਡੀ ਪਈ ਹੈ, ਕੋਲ ਸਪਰੇਅ ਦੀ ਸੀਸੀ ਪਈ ਹੈ, ਅਤੇ ਪੁਲਿਸ ਪਾਰਟੀ ਮੌਕੇ 'ਤੇ ਆਈ ਹੈ, ਜਾਂਚ ਕਰ ਰਹੇ ਹਾਂ। ਆਈਡੈਂਟੀਫਾਈ ਹੋਇਆ ਇੱਕ ਕੋਈ ਲੰਗਿਆਣੇ ਵਿਲੇਜ ਦਾ ਹੈਗਾ, ਸੁਖਪ੍ਰੀਤ ਸਿੰਘ। ਬਾਕੀ ਲੇਡੀ ਦੀ ਆਈਡੈਂਟੀਫਾਈ ਹੋਈ ਨਹੀਂ, ਫੈਮਿਲੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸੰਪਰਕ ਕਰਦੇ ਹਾਂ, ਫਿਰ ਉਸ ਤੋਂ ਬਾਅਦ ਜਿਸ ਜ਼ਰੂਰਤ ਹੋਊਗੀ ਅਸੀਂ ਕਰ ਰਹੇ ਹਾਂ।